ਦੇਸ਼ਾਂ ਵਿਦੇਸ਼ਾਂ ਦੇ ਅੰਦਰ ਕੌਮੀ ਸੋਚ ਚੈਨਲ ਦੇ ਰਾਹੀਂ ਜੁੜ ਮਿਲ ਕੇ ਵੇਖ ਰਹੀ ਸਮੂਹ ਸਾਧ ਸੰਗਤ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਤੁਹਾਡੇ ਸਾਹਮਣੇ ਅਸੀਂ ਐਸੀ ਸ਼ਖਸੀਅਤ ਦੇ ਨਾਲ ਮਿਲਾਉਣ ਜਾ ਰਹੇ ਹਾਂ ਆਪ ਨੂੰ, ਜਿਨ੍ਹਾਂ ਦਾ ਆਪਨੇ ਨਾਮ ਵੀ ਸੁਣਿਆ ਅਤੇ ਸੋਸ਼ਲ ਮੀਡੀਏ ਦੇ ਉੱਪਰ ਜਿਨ੍ਹਾਂ ਦੀਆਂ ਫੋਟੋਆਂ ਵੀ ਵੇਖੀਆਂ ਨੇ। ਕੈਸੀ ਸ਼ਖਸੀਅਤ ਹਨ ਜਿਹੜੇ ਪੰਜਾਬ ਦੇ ਵਿੱਚ, ਜਿਨ੍ਹਾਂ ਨੇ ਜਨਮ ਨਹੀਂ ਲਿਆ ਪੰਜਾਬ ਦੇ ਵਿੱਚ, ਜਨਮੇ ਨਹੀਂ, ਪੰਜਾਬੀ ਉਹਨਾਂ ਦੀ ਮੂਲ ਭਾਸ਼ਾ ਨਹੀਂ, ਨੇਟਿਵ ਲੈਂਗੁਏਜ ਨਹੀਂ, ਪਰੰਤੂ ਫਿਰ ਵੀ ਪੰਜਾਬੀ ਭਾਸ਼ਾ ਦੇ ਲਈ ਕੰਮ ਕਰ ਰਹੇ ਨੇ। ਅਕਸਰ ਬੱਸ ਸਟੈਂਡਾਂ ਦੇ ਉੱਪਰ, ਸ਼ਹਿਰਾਂ ਦੇ ਵਿੱਚ ਆਪਣੇ ਸਿਰ ਦੇ ਉੱਪਰ ਬੋਰਡ ਲੈ ਕੇ ਘੁੰਮਦੇ ਤੁਹਾਨੂੰ ਵਿਖਾਈ ਦੇਣਗੇ। ਅੱਜ ਤੁਹਾਡੀ ਮੁਲਾਕਾਤ ਅਸੀਂ ਕਰਾਉਣ ਜਾ ਰਹੇ ਹਾਂ ਪੰਡਿਤ ਰਾਵ ਧਰੇਨਵਰ ਜੀ ਦੇ ਨਾਲ। ਆਓ ਅਸੀਂ ਤੁਹਾਨੂੰ ਉਹਨਾਂ ਨਾਲ ਮਿਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਕੁਝ ਕੁ ਇਹਨਾਂ ਨੂੰ ਸਵਾਲ ਪੁੱਛਾਂਗੇ, ਜਿਨ੍ਹਾਂ ਸਵਾਲਾਂ ਦੀ ਉਡੀਕ ਤੁਹਾਨੂੰ ਵੀ ਹੈ ਕਿ ਕਿਉਂ ਇਹ ਐਸਾ ਕਰ ਰਹੇ ਨੇ, ਪੰਜਾਬ ਦੇ ਨਾਂ ਹੋ ਕੇ ਵੀ ਪੰਜਾਬੀ ਦੇ ਲਈ ਕਿਉਂ ਇਹ ਐਡਾ ਵੱਡਾ ਕਦਮ ਚੁੱਕ ਰਹੇ ਨੇ, ਕਿਉਂ ਬੋਰਡ ਸਿਰ ਦੇ ਉੱਪਰ ਚੁੱਕ ਕੇ ਬੱਸ ਸਟੈਂਡਾਂ ਦੇ ਉੱਪਰ ਸ਼ਹਿਰਾਂ ਦੇ ਵਿੱਚ ਫਿਰਦੇ ਨੇ। ਅੱਜ ਇਹਨਾਂ ਤੋਂ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਲਾਂਗੇ, ਅਤੇ ਜੋ ਇਹ ਕੰਮ ਕਰਨ ਜਾ ਰਹੇ ਨੇ ਕਿ ਇਹਦੇ ਵਿੱਚ ਸਫਲਤਾ ਮਿਲੇਗੀ, ਇਹਨਾਂ ਨੂੰ ਕਿੰਨਾ ਕੁ ਯਕੀਨ ਹੈ, ਉਹ ਸਾਰੇ ਸਵਾਲਾਂ ਦੇ ਜਵਾਬ ਆਪਾਂ ਇਹਨਾਂ ਤੋਂ ਲਾਂਗੇ। ਹਾਂਜੀ, ਪਹਿਲਾ ਸਵਾਲ ਅਸੀਂ ਤੁਹਾਡੇ ਤੋਂ ਪੁੱਛਦੇ ਹਾਂ ਕਿ ਆਪਣੇ ਬਾਰੇ ਤੁਸੀਂ ਸਾਨੂੰ ਮੁੱਢਲੀ ਜੀ ਜਾਣਕਾਰੀ ਦਿਓ, ਤੁਸੀਂ ਕਿੱਥੋਂ ਕੀ ਸਟੱਡੀ ਕੀਤੀ, ਤੁਸੀਂ ਕਿੱਥੋਂ ਦੇ ਹੋ ਜੀ? ਜੀ, ਮੈਂ ਭਾਵੇਂ ਕਰਨਾਟਕ ਤੋਂ ਹਾਂ, ਦੱਖਣ ਭਾਰਤ, ਜਿੱਥੇ ਬਿਜਾਪੁਰ ਪਿੰਡ ਹੈਗਾ ਉੱਥੋਂ ਮੈਂ ਆਇਆ। 2003 ਦੇ ਵਿੱਚ ਪੰਜਾਬ ਦੇ ਰਾਜਧਾਨੀ ਚੰਡੀਗੜ੍ਹ ਵਿੱਚ ਵਸਿਆ, ਅਤੇ ਸਰਕਾਰੀ ਕਾਲਜ ਸੈਕਟਰ 6 ਵਿੱਚ ਅਸਿਸਟੈਂਟ ਪ੍ਰੋਫੈਸਰ, ਸਹਾਇਕ ਪ੍ਰੋਫੈਸਰ ਵਜੋਂ ਮੈਂ ਨੌਕਰੀ ਕਰ ਰਿਹਾ ਸੀ, ਸੋਸ਼ੋਲੋਜੀ ਪੜ੍ਹਾਉਂਦਾ। ਅਤੇ 2003 ਤੋਂ ਬਾਅਦ ਹੁਣ ਤੱਕ ਮੈਂ 14-15 ਸਾਲ ਹੋਇਆ ਪੰਜਾਬੀ ਭਾਸ਼ਾ ਸਿੱਖ ਕੇ। ਮੈਂ ਪੰਜਾਬੀ ਭਾਸ਼ਾ ਵਿੱਚ 12 ਕਿਤਾਬ ਲਿਖਿਆ ਹੈ। ਕਹਿਣ ਦਾ ਭਾਵ ਹੈ, 2005 ਤੱਕ ਮੈਂ ਅੰਗਰੇਜ਼ੀ ਵਿੱਚ ਹੀ ਸੋਸ਼ੋਲੋਜੀ ਪੜ੍ਹਾਉਂਦੇ ਰਿਹਾ। ਮੈਨੂੰ ਬਾਅਦ ਵਿੱਚ ਪਤਾ ਚੱਲਿਆ ਕਿ ਸਾਡੀ ਕਲਾਸ ਦੇ ਵਿੱਚ, ਮੇਰੀ ਕਲਾਸ ਦੇ ਵਿੱਚ ਖਾਸ ਤੌਰ 'ਤੇ 80% ਤੋਂ ਵੱਧ ਬੱਚੇ ਪੰਜਾਬ ਤੋਂ ਆਉਂਦੇ ਸਨ, ਜਿਨ੍ਹਾਂ ਦਾ ਮਾਂ ਬੋਲੀ ਪੰਜਾਬੀ ਸੀ। ਅਤੇ ਮੈਂ ਸੋਚਿਆ ਕਿ ਪੰਜਾਬੀ ਸਿੱਖੇ ਉਹਨਾਂ ਨੂੰ ਪੰਜਾਬੀ 'ਚ ਹੀ ਪੜ੍ਹਾਉਣ ਦੀ ਲੋੜ ਹੈ, ਇਸ ਲਈ ਮੈਂ ਪੰਜਾਬੀ ਸਿੱਖੀ ਸ਼ੁਰੂਆਤ ਦੇ ਵਿੱਚ ਉਹਨਾਂ ਨੂੰ ਸੋਸ਼ੋਲੋਜੀ ਪੜ੍ਹਾਉਣ ਦੇ ਤਹਿਤ। ਅਤੇ ਪੰਜਾਬੀ ਗੁਰਮੁਖੀ ਸਿੱਖਣ ਤੋਂ ਬਾਅਦ ਇੰਨੀ ਤਾਕਤ ਗੁਰਮੁਖੀ ਵਿੱਚ, ਅੱਖਰ ਵਿੱਚ, ਅਤੇ ਜਪਜੀ ਸਾਹਿਬ, ਮੇਰੇ ਗੁਰੂ ਨਾਨਕ ਦੇਵ ਜੀ ਦੀ ਜਪਜੀ ਸਾਹਿਬ, ਸੁਖਮਨੀ ਸਾਹਿਬ, ਜਫਰਨਾਮਾ ਦੀ ਕੰਨੜ ਭਾਸ਼ਾ ਵਿੱਚ ਅਨੁਵਾਦ ਹੋਈ। 12ਵੀਂ ਸਦੀ ਦੇ ਇੱਕ ਸਾਡੇ ਕਰਨਾਟਕ ਦੇ ਸੰਤ ਬਸਵੰਨਾ ਆਲਮ ਪ੍ਰਭੂ ਅੱਕਾ ਮਹਾਦੇਵ ਦੀ ਵਚਨ ਕੰਨੜ ਭਾਸ਼ਾ ਤੋਂ ਪੰਜਾਬੀ 'ਚ ਅਨੁਵਾਦ ਹੋਈ। ਇਹ ਕੋਈ ਪਰਮਾਤਮਾ ਦੀ ਮਿਹਰ, ਦੇਖੋ ਇਸ 35 ਦੀ ਅੱਖਰ ਦੀ ਮਹੱਤਤਾ, ਦੇਖੋ ਕਿ 35 ਸਿੱਖਣ ਤੋਂ ਬਾਅਦ ਮੈਂ ਤਾਂ ਪਵਿੱਤਰ ਹੋ ਚੁੱਕਿਆ ਹਾਂ। ਇਸ ਲਈ ਇਸ ਪਵਿੱਤਰ ਭਾਸ਼ਾ ਦੀ ਪਵਿੱਤਰਤਾ ਨੂੰ ਬਰਕਰਾਰ ਰੱਖਣ ਲਈ, ਇੱਜ਼ਤ ਮਾਣ ਦੇਣ ਲਈ ਇਹ ਮੈਂ ਕੰਮ ਕਰਦਾ ਪਿਆ। ਅੱਛਾ, ਅਸੀਂ ਤੁਹਾਡੇ ਤੋਂ ਇੱਕ ਹੋਰ ਸਵਾਲ ਪੁੱਛਣਾ ਚਾਹੁੰਦੇ ਹਾਂ ਕਿ ਤੁਸੀਂ ਜਿਹੜਾ ਇਹ ਕੰਮ ਕਰ ਰਹੇ ਹੋ ਪੰਜਾਬੀ ਦੇ ਲਈ, ਤੁਹਾਨੂੰ ਕਿਵੇਂ ਲੱਗਣ ਲੱਗੀ ਅਤੇ ਤੁਸੀਂ ਕਿਉਂ ਪੰਜਾਬੀ ਸਿੱਖੀ, ਤੁਸੀਂ ਪੰਜਾਬੀ ਸਿੱਖ ਕੇ ਕਿਉਂ ਇਹਦੇ ਹੱਕ ਦੇ ਵਿੱਚ ਬੋਲ ਰਹੇ ਹੋ ਤੁਸੀਂ? ਕਿਉਂਕਿ ਮੈਂ ਪੰਜਾਬ ਦੀ ਰੋਟੀ ਖਾਧਾ ਹੈ ਰੋਜ਼, ਪੰਜਾਬ ਦੀ ਪਾਣੀ ਪੀਂਦਾ ਹੈ ਰੋਜ਼, ਅਤੇ ਪੰਜਾਬੀ ਭਾਸ਼ਾ ਦਾ ਸਤਿਕਾਰ, ਪੰਜਾਬੀ ਸੱਭਿਆਚਾਰ ਦਾ ਸਨਮਾਨ ਕਰਨਾ ਮੇਰਾ ਧਰਮ ਹੈ, ਇਹੀ ਇਨਸਾਫ ਹੈ, ਇਸ ਲਈ ਮੈਂ ਕੰਮ ਕਰਦਾ ਹੈ। ਕਿਉਂਕਿ ਮੇਰੇ ਪਿਤਾ ਜੀ ਸ਼੍ਰੀ ਚੰਦਰ ਸ਼ੇਖਰ ਧਰੇਨਵਰ, ਉਹ ਮੈਨੂੰ ਬਚਪਨ ਦੇ ਵਿੱਚ ਕਹਿੰਦੇ ਸਨ, ਉਹ ਵੀ ਸਕੂਲ ਟੀਚਰ, ਮਸ਼ਹੂਰ ਸਕੂਲ ਟੀਚਰ ਸਨ, ਉਹ ਕਹਿੰਦੇ ਸਨ ਜੇਕਰ ਜਿੱਥੇ ਮਰਜ਼ੀ ਤੁਸੀਂ ਰਹੋ ਭਵਿੱਖ ਵਿੱਚ, ਜ਼ਿੰਦਗੀ ਦੇ ਵਿੱਚ, ਉੱਥੇ ਦੀ ਭਾਸ਼ਾ, ਉੱਥੇ ਦੇ ਲੋਕਾਂ ਦੀ ਸਨਮਾਨ ਕਰਨਾ ਹੀ ਬਣਦਾ ਹੈ, ਕਰ ਦਿਓ। ਅਤੇ ਉਹ ਉਦਾਹਰਣ ਵੀ ਦਿੰਦੇ ਸਨ ਕਿ ਜੇਕਰ ਇਹ ਕੁੱਤਾ ਜੇਕਰ ਕੋਈ ਰੋਟੀ ਖਾਧਾ ਹੈ, ਉਸ ਘਰ ਦੀ ਰੱਖਿਆ ਕਰਦਾ ਹੈ ਪੂਰਾ ਰਾਤ ਭਰ, ਜੇਕਰ ਕੁੱਤਾ ਇਹ ਇਮਾਨਦਾਰੀ ਹੋ ਸਕਦਾ ਹੈ, ਅਸੀਂ ਤਾਂ ਇਨਸਾਨ ਹੈ, ਰੋਜ਼ ਰੋਟੀ ਖਾਧੇ ਪੰਜਾਬ ਦੀ ਪਾਣੀ ਪੀਂਦੇ ਰੋਜ਼, ਇਸ ਲਈ ਪੰਜਾਬੀ ਭਾਸ਼ਾ, ਪੰਜਾਬੀ ਲੋਕਾਂ ਦੀ ਸੱਭਿਆਚਾਰ ਦੀ ਸਤਿਕਾਰ ਕਰਨਾ ਮੇਰਾ ਧਰਮ ਹੈ, ਇਨਸਾਫ ਹੈ। ਤੁਸੀਂ ਕਿੰਨੇ ਸਾਲਾਂ ਤੋਂ ਪੰਜਾਬ ਦੇ ਵਿੱਚ ਰਹਿ ਰਹੇ ਹੋ ਜੀ? ਜੀ, 2003 ਤੋਂ ਹੁਣ ਤੱਕ ਰਹਿ ਰਹੇ ਜੀ। 2003 ਤੋਂ ਹੁਣ ਤੱਕ ਇਹ ਪੰਜਾਬ ਦੇ ਵਿੱਚ ਰਹਿ ਰਹੇ ਨੇ 2003 ਤੋਂ। ਅਤੇ ਮੈਂ ਤੁਹਾਨੂੰ ਇੱਕ ਸਵਾਲ ਕਰਨਾ ਚਾਹਾਂਗਾ, ਜਿਹੜੇ ਲੋਕ ਪੰਜਾਬ ਦੇ ਵਿੱਚ ਰਹਿ ਕੇ ਜਨਮ ਕੇ ਪੰਜਾਬ ਦੇ ਵਿੱਚ, ਜਿਨ੍ਹਾਂ ਦੀ ਨੇਟਿਵ ਲੈਂਗੁਏਜ, ਮੂਲ ਭਾਸ਼ਾ ਪੰਜਾਬੀ ਹੈ, ਉਹ ਪੰਜਾਬੀ ਦੇ ਲਈ ਕੋਈ ਕਦਮ ਨਹੀਂ ਚੁੱਕ ਰਹੇ, ਬਲਕਿ ਪੰਜਾਬੀ ਨੂੰ ਛੱਡ ਰਹੇ ਨੇ, ਸਕੂਲਾਂ ਦੇ ਵਿੱਚ ਪੰਜਾਬੀ ਦੇ ਉੱਪਰ ਬੈਨ ਹੈ, ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਤੁਸੀਂ ਗੱਲ ਕਹੀਏ ਕਿ ਮੈਂ ਪੰਜਾਬ ਦੇ ਵਿੱਚ 2003 ਦੇ ਵਿੱਚ ਆਇਆ, ਇੱਥੋਂ ਦਾ ਪਾਣੀ ਜਿਨ੍ਹਾਂ ਨੇ ਖਾਧਾ ਹੀ ਪਾਣੀ ਪੀਤਾ ਹੀ ਇੱਥੋਂ ਦਾ ਪੰਜਾਬ ਦਾ, ਰੋਟੀ ਖਾਧੀ ਪੰਜਾਬ ਦੀ ਹੈ, ਪਰੰਤੂ ਫਿਰ ਵੀ ਪੰਜਾਬੀ ਦੇ ਨਾਲ ਧੱਕਾ ਕਰ ਰਹੇ ਨੇ, ਇਨਸਾਫ ਨਹੀਂ ਕਰ ਰਹੇ, ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਜੀ, ਮੈਂ ਤਾਂ ਇੰਨਾ ਹੀ ਕਹਾਂਗਾ ਕਿ ਜਿਹੜੀ ਕੁੱਤੇ ਦੇ ਵਿੱਚ ਜਿਹੜੀ ਇਮਾਨਦਾਰੀ ਹੈ, ਜੇਕਰ ਇਨਸਾਨ ਦੇ ਵਿੱਚ ਹੀ ਜੇ 1% ਵੀ ਆ ਜਾਵੇ, ਅਸੀਂ ਬਿਹਤਰ ਇਨਸਾਨ ਹੋ ਸਕਦੇ ਹਾਂ। ਜਾਨਵਰ ਦੇ ਵਿੱਚ ਇੱਕ ਇਹੋ ਜਿਹਾ ਇਮਾਨਦਾਰੀ ਤੁਸੀਂ ਦੇਖ ਸਕਦੇ ਹੋ, ਅਤੇ ਇਨਸਾਨ ਦੇ ਵਿੱਚ ਵੀ ਆਉਣਾ ਚਾਹੀਦਾ। ਜਿੱਥੇ ਦੀ ਰੋਟੀ ਅਸੀਂ ਖਾਧੇ, ਪਾਣੀ ਪੀਂਦੇ, ਉੱਥੋਂ ਦੇ ਲੋਕਾਂ ਦੀ ਸੱਭਿਆਚਾਰ, ਭਾਸ਼ਾ, ਸਤਿਕਾਰ ਕਰਨ ਦੀ ਲੋੜ ਹੈ। ਔਰ ਨਾ ਇੱਕ ਪਰਮਾਤਮਾ ਦੇ
ਦਰਬਾਰ ਵਿੱਚ ਇਹਨਾਂ ਨੂੰ ਮਾਫ਼ ਨਹੀਂ ਕੀਤਾ ਜਾਵੇਗਾ। ਭਾਵੇਂ ਤੁਸੀਂ ਲੱਕ ਦੋਕਾ ਕਰੋ ਪਾਸ਼ਾ ਨਾਲ, ਸੱਭਿਆਚਾਰ ਨਾਲ, ਇੱਕੋ ਇੱਕ ਪਰਮਾਤਮਾ ਦੇ ਦਰਬਾਰ ਦੇ ਵਿੱਚ ਇਹਨਾਂ ਦੇ ਨਾ ਇਹਨਾਂ ਦੇ ਖਿਲਾਫ਼ ਕਾਰਵਾਈ ਹੋਏਗੀ। ਇੱਕ ਜਿਹੜੀ ਰਾਸ਼ਟਰਵਾਦ ਦੀ ਗੱਲ ਕੀਤੀ ਜਾਂਦੀ ਹੈ ਕਿ ਰਾਸ਼ਟਰਵਾਦ ਦੇ ਅਧੀਨ ਸਾਰੀਆਂ ਭਾਸ਼ਾ ਇੱਕ ਹੋਣੀਆਂ ਚਾਹੀਦੀਆਂ ਨੇ, ਸਾਰ ਇਹਦਾ ਮਤਲਬ ਕੀ ਸਮਝਦੇ ਹੋ ਤੁਸੀਂ? ਨਹੀਂ, ਬਿਲਕੁਲ ਨਹੀਂ। ਰਾਸ਼ਟਰਵਾਦ ਦਾ ਵੱਖ ਭਾਵ ਇਹ ਹੈ ਕਿ ਵੱਖ ਵੱਖ ਥਾਂ ਦੇ ਭਾਸ਼ਾ ਸੱਭਿਆਚਾਰ ਨੂੰ ਇਕਜੁੱਟ ਹੋ ਕੇ ਰਾਸ਼ਟਰਵਾਦ ਬਣਦੀ ਹੈ। ਜਿਵੇਂ ਸਾਡੀ ਸਰੀਰ ਦੀ ਵੱਖ ਵੱਖ ਅੰਗ ਨੇ, ਸਾਰੇ ਅੰਗ ਮਿਲ ਕੇ ਸਰੀਰ ਬਣਦੀ ਹੈ। ਇਹੋ ਜਿਹੀ ਰਾਸ਼ਟਰਵਾਦ ਤਦ ਬਣਦੀ ਹੈ ਜਦ ਵੱਖ ਵੱਖ ਭਾਸ਼ਾ ਸੱਭਿਆਚਾਰ ਮਿਲ ਕੇ ਇੱਕ ਰਾਸ਼ਟਰ ਬਣਦੀ ਹੈ। ਅੱਛਾ, ਅਤੇ ਜਿਹੜੀ ਇਹ ਗੱਲ ਕਹਿੰਦੇ ਨੇ ਕਿ ਸਾਰੀਆਂ ਭਾਸ਼ਾਵਾਂ ਨੂੰ ਖਤਮ ਕਰਕੇ, ਸੱਭਿਆਚਾਰਾਂ ਨੂੰ ਖਤਮ ਕਰਕੇ ਇੱਕ ਸੱਭਿਆਚਾਰ, ਇੱਕ ਭਾਸ਼ਾ ਲਾਗੂ ਕਰੋ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋ? ਬਿਲਕੁਲ ਨਹੀਂ, ਮੈਂ ਸਮਝ ਸਕਦਾ ਤੁਹਾਡੇ ਸਵਾਲ ਨੂੰ ਕਿ ਹਿੰਦੀਕਰਨ ਕਰਨ ਦੀ ਸਾਹਸ ਅਸਫਲ ਹੋਏਗੀ, ਇਹ ਕਦੇ ਵੀ ਕਾਮਯਾਬ ਨਹੀਂ ਹੋ ਸਕਦੀ, ਕਿਉਂਕਿ ਸਾਡੀ ਦੇਸ਼ ਦੀ ਬਹੁਰੰਗੀ ਸੱਭਿਆਚਾਰ ਹੈ। ਜੇਕਰ ਤੁਸੀਂ ਦੱਖਣ ਭਾਰਤ ਜਾਓਗੇ ਕੰਨੜ ਬੋਲਦੇ ਹੈ, ਕੰਨੜ ਸੱਭਿਆਚਾਰ ਹੈ। ਜੇਕਰ ਤੁਸੀਂ ਬੰਗਲਾ ਜਾਓਗੇ ਬੰਗਲ ਭਾਸ਼ਾ ਬੋਲਦੇ ਨੇ, ਜਿਨ੍ਹਾਂ ਦੀ ਸੱਭਿਆਚਾਰ ਹੈ। ਜੇਕਰ ਪੰਜਾਬੀ 'ਚ ਆਓਗੇ ਉਹਨਾਂ ਦੀ ਸੱਭਿਆਚਾਰ ਹੈ। ਵੱਖ ਵੱਖ ਸੱਭਿਆਚਾਰ ਨੇ, ਤੁਸੀਂ ਇੱਕ ਭਾਸ਼ਾ ਇੱਕ ਸੱਭਿਆਚਾਰ ਨਹੀਂ ਥੋਪ ਸਕਦੇ, ਇਹ ਲੋਕਤੰਤਰ ਦੇ ਖਿਲਾਫ਼ ਹੈ ਅਤੇ ਸੰਵਿਧਾਨ ਦੇ ਖਿਲਾਫ਼ ਹੈ। ਸੰਵਿਧਾਨ ਦੇ ਖਿਲਾਫ਼ ਜੀ, ਬਿਲਕੁਲ। ਅਤੇ ਜਿਹੜੇ ਲੋਕ ਸੰਵਿਧਾਨਿਕ ਦਾਇਰੇ ਦੇ ਵਿੱਚ ਰਹਿ ਕੇ ਅਹੁਦਿਆਂ ਦੇ ਉੱਪਰ ਬਹਿ ਕੇ ਵੀ ਇਹ ਗੱਲਾਂ ਕਰਦੇ ਨੇ, ਉਹਨਾਂ ਦੇ ਬਾਬਤ ਤੁਸੀਂ ਕੀ ਕਹੋ? ਨਹੀਂ, ਜ਼ਰੂਰ ਕੁਝ ਲੋਕ ਜੋ ਥੋਪਣ ਦੀ ਸਾਹਸ ਕਰ ਰਹੇ ਨੇ ਉਹ ਸਮਝਣਗੇ। ਬਹੁ ਪੱਖੀ ਬਹੁ ਰੰਗ ਸਮਾਜ ਸਾਡੀ ਦੇਸ਼ ਦੀ, ਉਸਦੀ ਸਨਮਾਨ ਕਰਨਗੇ, ਉਹ ਸਮਝਣਗੇ। ਜਿਵੇਂ ਪੰਜਾਬ ਦੇ ਵਿੱਚ ਪੰਜਾਬੀ ਭਾਸ਼ਾ ਪ੍ਰਤੀ ਜਾਗਰੂਕਤਾ ਜੇ ਜ਼ਿਆਦਾ ਪੈਦਾ ਹੋਵੇ, ਕਰਨਾਟਕ ਦੇ ਵਿੱਚ ਕੰਨੜ ਭਾਸ਼ਾ ਪ੍ਰਤੀ ਜਾਗਰੂਕਤਾ ਪੈਦਾ ਹੋਵੇ, ਤਾਂ ਇਹੋ ਜਿਹਾ ਲੋਕ ਆਪੇ ਹੀ ਪਤਨ ਹੋ ਜਾਣਾ। ਬਿਲਕੁਲ, ਤੁਸੀਂ ਕਹਿਣਾ ਚਾਹੁੰਦੇ ਹੋ ਕਿ ਜਿਹੜੇ ਵੀ ਇਲਾਕੇ ਦੀ ਭਾਸ਼ਾ ਉੱਥੇ ਪ੍ਰਫੁੱਲਿਤ ਹੋਵੇ, ਲੋਕ ਉਹਦੇ ਨਾਲ ਪਿਆਰ ਕਰਨ, ਮੁਹੱਬਤ ਕਰਨ ਉਸ ਭਾਸ਼ਾ ਦੇ ਨਾਲ, ਅਤੇ ਤੁਸੀਂ ਪੰਜਾਬੀ ਤੋਂ ਇਲਾਵਾ ਕੀ ਕਿਸੇ ਹੋਰ ਭਾਸ਼ਾ ਦੇ ਲਈ ਵੀ ਐਵੇਂ ਕਦਮ ਚੁੱਕ ਰਹੇ ਹੋ ਕਿ ਪੰਜਾਬ ਦੇ ਵਿੱਚ ਰਹਿ ਕੇ ਪੰਜਾਬੀ ਦੇ ਲਈ ਹੀ ਇਹ ਕਦਮ ਚੁੱਕ ਰਹੇ ਹੋ? ਜੀ, ਫਿਲਹਾਲ ਤਾਂ ਮੈਂ ਪੰਜਾਬ ਦੀ ਰੋਟੀ ਖਾਧਾ ਹੈ, ਪੰਜਾਬ ਦੀ ਪਾਣੀ ਪੀਂਦਾ ਹੈ, ਅਤੇ ਮੈਂ ਪੰਜਾਬੀ ਭਾਸ਼ਾ ਦਾ ਹੀ ਸਤਿਕਾਰ ਕਰਾਂਗਾ, ਪੰਜਾਬੀ ਭਾਸ਼ਾ ਦੀ ਪ੍ਰਫੁੱਲਤ ਲਈ ਹੀ ਕੰਮ ਕਰਾਂਗਾ। ਜਿਹੜੇ ਲੋਕ ਬਾਹਰ ਆ ਰਹੇ ਨੇ, ਜਿੱਥੇ ਵੀ ਭੋਜਪੁਰੀ ਭਾਸ਼ਾ ਹੈ, ਇਹ ਬੰਗਾਲੀ ਹੈ, ਕਰਨਾਟਕ ਹੈ, ਜਿੱਥੇ ਉਹ ਰੋਟੀ ਖਾਧੇ ਉੱਥੇ ਬੈਠ ਕੇ ਉਹਨਾਂ ਦਾ ਕੰਮ ਹੈ। ਹਰ ਥਾਂ 'ਤੇ ਇਹੋ ਜਿਹਾ ਕੰਮ ਹੋਣ ਦੀ ਲੋੜ ਹੈ ਤਾਂ ਕਿ ਹਰ ਦੇਸ਼ ਦੀ ਹਰ ਭਾਸ਼ਾ ਪ੍ਰਫੁੱਲਿਤ ਹੋਵੇ। ਅੱਛਾ, ਮਤਲਬ ਕਿ ਜਿਹੜੀ ਭਾਸ਼ਾ ਨੂੰ ਉਹਦਾ ਬਣਦਾ ਸਤਿਕਾਰ ਮਾਣ। ਅੱਛਾ, ਇੱਕ ਗੱਲ, ਇੱਥੇ ਤੁਸੀਂ ਚੰਡੀਗੜ੍ਹ ਦੇ ਵਿੱਚ ਰਹਿੰਦੇ ਹੋ ਅਤੇ ਉੱਥੇ ਤੁਸੀਂ ਇੰਗਲਿਸ਼ ਵੀ ਬੋਲਦੇ ਹੋ, ਪਰੰਤੂ ਮੈਂ ਇੱਥੇ ਇੱਕ ਗੱਲ ਪੁੱਛਣੀ ਚਾਹਾਂਗਾ ਕਿ ਜਿਹੜੇ ਅੱਜ ਦੇ ਸਮੇਂ ਦੇ ਅੰਦਰ ਨੌਜਵਾਨਾਂ ਨੂੰ ਇੱਕ ਫਤੂਰ ਚੜਿਆ ਇੰਗਲਿਸ਼ ਬੋਲਣ ਦਾ, ਮਾੜੀ ਨਹੀਂ ਗੱਲ, ਹਰ ਇੱਕ ਭਾਸ਼ਾ ਆਉਣੀ ਚਾਹੀਦੀ ਹੈ, ਪਰੰਤੂ ਘਰਾਂ ਦੇ ਵਿੱਚ ਆਪਣੀ ਭਾਸ਼ਾ ਨੂੰ ਛੱਡ ਕੇ ਪੰਜਾਬੀ ਨੂੰ ਘਰਾਂ ਦੇ ਵਿੱਚ ਇੰਗਲਿਸ਼ ਬੋਲੀ ਜਾ ਰਹੀ ਹੈ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਜੀ, ਬਿਲਕੁਲ, ਸਾਡੀ ਮਾਂ ਬੋਲੀ ਤੋਂ ਦੂਰ ਨਹੀਂ ਹੋ ਸਕਦੇ। ਮੈਂ ਇੱਕ ਅਸਿਸਟੈਂਟ ਪ੍ਰੋਫੈਸਰ ਹਾਂ, ਸੋਸ਼ੋਲੋਜੀ ਪੜ੍ਹਾਉਂਦਾ ਹੈ, ਇਸ ਦੀ ਅਸਰ ਮੈਨੂੰ ਪਤਾ ਹੈ ਸਮਾਜ 'ਤੇ ਕੀ ਹੁੰਦਾ ਹੈ। ਜੇਕਰ ਤੁਸੀਂ ਬੱਚੇ ਨਾਲ ਮਾਂ ਬੋਲੀ ਵਿੱਚ ਗੱਲ ਨਹੀਂ ਕਰੋਗੇ, ਮਾਂ ਬੋਲੀ ਵਿੱਚ ਸਿੱਖਿਆ ਨਹੀਂ ਦੋਗੇ, ਕਿਉਂ ਹੋ ਗਿਆ? ਬੱਚੇ ਦੂਜੇ ਪਾਸੇ ਵਿੱਚ, ਮਤਲਬ ਅੰਗਰੇਜ਼ੀ ਮਾਧਿਅਮ ਵਿੱਚ ਪੜ੍ਹ ਕੇ ਫਿਰ ਰੱਟ ਸਕਦਾ ਹੈ, ਯਾਦ ਕਰ ਸਕਦਾ ਹੈ, ਲੈਸਨ ਨੂੰ ਯਾਦ ਕਰ ਸਕਦਾ ਹੈ, ਪਰ ਮਾਂ ਬੋਲੀ 'ਚ ਤੁਸੀਂ ਪੜ੍ਹਾਓਗੇ ਬੱਚਾ ਉਹ ਲੈਸਨ ਸਮਝ ਸਕਦਾ ਹੈ। ਸਮਝਣਾ ਅਤੇ ਰੱਟਣਾ ਬਹੁਤ ਵੱਖ ਵੱਖ ਹੈ। ਸਮਝਣ ਵਾਲੇ ਸਾਇੰਟਿਸਟ ਬਣ ਜਾਂਦੇ ਨੇ, ਸਮਝਣ ਵਾਲੇ ਗਿਆਨੀ ਬਣ ਜਾਂਦੇ ਨੇ, ਸਮਝਣ ਵਾਲੇ ਡਾਕਟਰ ਇੰਜੀਨੀਅਰ ਬਣ ਜਾਂਦੇ ਨੇ, ਰੱਟਣੇ ਵਾਲੇ ਬਹੁਤ ਖਤਰਨਾਕ ਡਾਕਟਰ ਵੀ ਬਣ ਸਕਦੇ, ਜੋ ਡੁਪਲੀਕੇਟ ਹੁੰਦੇ ਨੇ, ਜੋ ਧੋਖੇਦਾਰ ਹੁੰਦੇ ਨੇ, ਰੱਟ ਕੇ ਬਣੇ ਹੈ। ਇਸ ਲਈ ਇਹ ਅੰਤਰ ਹੈ ਰੱਟਣਾ ਅਤੇ ਯਾਦ ਕਰਨਾ। ਮਾਂ ਬੋਲੀ 'ਚ ਤੁਸੀਂ ਯਾਦ ਨਹੀਂ ਕਰਦੇ, ਤੁਸੀਂ ਸਮਝਦੇ ਗੱਲ। ਅੱਛਾ, ਇੱਕ ਗੱਲ ਇੱਥੇ ਮੈਂ ਤੁਹਾਨੂੰ ਪੁੱਛਣੀ ਚਾਹਾਂਗਾ ਕਿ ਜਿਹੜੇ ਨੌਜਵਾਨ ਪੰਜਾਬੀ ਆਉਣ ਦੇ ਬਾਵਜੂਦ ਵੀ ਇੰਗਲਿਸ਼ ਬੋਲ ਕੇ ਆਪਣੇ ਆਪ ਨੂੰ ਮੋਡਰੇਟ ਸਾਬਤ ਕਰਨਾ ਚਾਹੁੰਦੇ ਨੇ ਕਿ ਅਸੀਂ ਆਧੁਨਿਕ ਹਾਂ, ਅਤੇ ਉਹ ਆਪਣੇ ਆਪ ਨੂੰ ਜੇ ਮੰਨ ਲਓ ਪੰਜਾਬੀ ਬੋਲ ਲੈਣ ਅਤੇ ਉਹ ਇੱਕ ਗਵਾਰ ਸਮਝਦੇ ਨੇ ਉਹਨੂੰ, ਮੰਨ ਲਓ ਮੈਨੂੰ ਇੰਗਲਿਸ਼ ਵੀ ਹੁੰਦੀ ਹੈ ਪੰਜਾਬੀ ਹੁੰਦੀ ਹੈ, ਪਰ ਕਈ ਵਾਰ ਐਸਾ ਹੁੰਦਾ ਕਿ ਮੈਂ ਪੰਜਾਬੀ ਨੂੰ ਛੱਡ ਕੇ ਇੰਗਲਿਸ਼ ਹੀ ਬੋਲਾਂਗਾ, ਜੇ ਮੈਂ ਪੰਜਾਬੀ ਬੋਲ ਲਈ ਅਤੇ ਲੋਕ ਕਹਿਣਗੇ ਵੀ ਇਹ ਤਾਂ ਅਨਪੜ੍ਹ ਗਵਾਰ। ਇਹਦੇ ਬਾਬਤ ਤੁਸੀਂ ਕੀ? ਨਹੀਂ, ਬਿਲਕੁਲ ਨਹੀਂ। ਪੰਜਾਬੀ ਬੋਲਣ ਦੇ ਵਿੱਚ ਸਾਨੂੰ ਮਾਣ ਮਹਿਸੂਸ ਕਰਨਾ ਚਾਹੀਦਾ। ਜਦ ਤੁਸੀਂ ਪੰਜਾਬੀ ਬੋਲੋਗੇ, ਪੰਜਾਬੀ ਵਿਰਾਸਤ ਤੁਹਾਡੇ ਮੂੰਹ ਤੋਂ ਨਿਕਲਦੇ ਪਏ ਹੈ। ਕਹਿਣ ਦਾ ਭਾਵੇਂ ਕਰਨਾਟਕ ਦੇ ਵਿੱਚ ਅਸੀਂ ਕੰਨੜ ਭਾਸ਼ਾ ਬੋਲਣ ਦੇ ਵਿੱਚ ਮਾਣ ਮਹਿਸੂਸ ਕਰਦੇ ਅਸੀਂ, ਭਾਵੇਂ ਅੰਗਰੇਜ਼ ਵੀ ਬੋਲਦੇ ਅਸੀਂ, ਪਰ ਕੰਨੜ ਜਦ ਬੋਲਦੇ ਤਾਂ ਮਾਣ ਮਹਿਸੂਸ ਕਰਦੇ ਅਸੀਂ। ਕੰਨੜ ਦੇ ਵਿੱਚ ਇੱਕ ਗਾਣਾ ਹੈ, ਬਚਪਨ ਦੇ ਵਿੱਚ ਸਾਨੂੰ ਸਿਖਾਇਆ ਜਾਂਦਾ ਇਹ ਗਾਣਾ,
हरेक बच्चा कर्नाटक गाँव है, वो गाना है कन्नड़ वे नम मम्मा कन्नड़ के कई मुगी अम्मा, कन्नड़ वे नम मम्मा कन्नड़ के कई मुगी अम्मा। इसका भाव है कन्नड़ ही मेरी माँ है, कन्नड़ उन ही मैं पूजा करूँगा। कहंद पावे कन्नड़ ही मेरी माँ है, कन्नड़ उन ही मैं पूजा करांगा। यहोजा गाना सानू कर्नाटक सिखाया जाता है, कन्नड़ बोलने दे विच मान महसूस करते असी। पर दुख की गल है पंजाब दे विच लोग पंजाबी बोलने दे विच मान महसूस नहीं करते, इसलिए ये रुत बदलने की लोड़ है, मान महसूस करने की लोड़ है। कर दे सामने तुहाडे नाम पंजाबी लिखाउण की लोड़ है, बच्चे नाल पंजाबी कहानी सिखाउण की लोड़ है। संत राम उदास जी, शिव कुमार बटालवी पास की कहानी कविता सुनाउण की लोड़ है जी। हाँ जी, इन्होंने इतने गल की कि जी अज के समय के अंदर पंजाबी सिखाने की लड़ है, अज असी माण महसूस नहीं करते पंजाबी बोल के। परंतु एक गल मैं इन्हों इतने पूछनी चाहवागा कि जोड़े लोग पंजाब दे विच रह के विआवां दे इनविटेशन कार्ड भी अंग्रेजी दे विच छपाउंदे ने, क्योंकि जिथों तक पहुँचने ने कार्ड वो लोग भी पंजाबी ने। मान लो जे मैं पंजाबी या पंजाब दे विच विआह दा कोई कार्ड छपाया तो जिन्हों दांगा भी पंजाबी है, कईयां नूं बहुती इंग्लिश बोली नहीं आउंदी, परंतु फिर भी इंग्लिश दे विच साबित करके एक दो नूं मैं पुछया भी कि इंग्लिश दे विच क्यों छपाउंदे हो कार्ड तुसीं, तो उन्हां अगों जवाब दिता कि ये थोड़ा जिहा पढ़िया लिखिया लगता मनुख इंग्लिश दे विच कार्ड छपवा के। इहदे बारे कोई अपना तुसीं दस्सो। गलत सोच, ये सोच इसलिए पैदा हो जाती है जब तुसीं माँ बोली तो दूर हो जाते हो, माँ बोली तो सत्कार नहीं करते हो। जेकर तुसी माँ बोली प्यार कर दे सत्कार कर दे तो पंजाबी छापोगे, कर दे सामने पंजाबी च बोर्ड लिखोगे, कर दे विच पंजाबी अखबार लोगे मैगजीन लोगे, कर दे विच पंजाबी टीवी चैनल वेखोगे। पर पंजाबी माँ बोली तो दूर जाओगे, माँ तो प्यार तो दूर जाओगे, यहोजा अपराध करके बैठ रहे हो। ये लोग एक दिन जरूर महसूस करेंगे पाप किते हुए, जिवें ये लोग लच्चर गाना गा के पाप किते ने। 15 साल 20 साल तो पहले लच्चर गाना गा के शराबी गाना गा के हथियार गाना गा के पाप कर चुके ने। इन्हें माफ़ी मंगना पौ हूँ 15 दिसंबर तक, जे माफ़ी नहीं मंगते कोर्ट में जाना है। इसलिए जे लोग पंजाबी नहीं छापते अपनी शादी के विह, इन्हों का 6 महीने के भी वो डिवोर्स की कहते हैं पंजाबी हो सकता है। तो एक गल तुहाडे तो होर असीं पुछना चाहुंदे आ कि ये लोग फिर भी ये गल कहिंदे ने भी असीं पंजाबी दे मां भाषा दे नाल प्यार करने आ प्रेम करने आ, परंतु फिर भी इंग्लिश दे विच कार्ड छपांदे ने, नहीं ये पंजाबी नाल प्यार नहीं करते, फोकियां गल्लां ने। हाँ, फोकियां गल हो सकते हैं। जेकर तुसीं पंजाबी प्यार करते हो तो पंजाबी प्यार नूं तुसीं दर्शाओ दिखाओ, किवें तुसीं करदे सामने पंजाबी बोर्ड लिखाओगे अपना नाम, पत्नी दे नाम पंजाबी लिखोगे, बच्चे दा नाम पंजाबी लिखोगे, करदे मोहरे कर दे विच मैगजीन लोगे, टीवी देखोगे पंजाबी टीवी चैनल देखोगे, या पंजाबी च सिग्नेचर करोगे बैंक दे विच। ये दर्शाउण दी प्यार प्रकट करन दी तरीका है। तुहाडी शादी दी तुहाडे बच्चे दी शादी दी विआह दी सद्दा पत्र पंजाबी च छपाना एक पंजाबी भाषा प्रति देन दा संकेत या प्यार सत्कार है, दर्शाउण दी तरीका है। ये नहीं दर्शाउंदे तां पापी है। ਤੁਸੀਂ ਕਿਹੜੇ ਕਿਹੜੇ ਸਿੰਗਰਾਂ ਦੇ ਖਿਲਾਫ ਕੋਈ ਉਹਨਾਂ ਦੇ ਦੱਸ ਸਕਦੇ ਹੋ? ਜੀ ਬਿਲਕੁਲ, ਕਿਉਂਕਿ ਮਾਨਯੋਗ ਪੰਜਾਬ ਹਰਿਆਣਾ ਹਾਈਕੋਰਟ ਚੰਡੀਗੜ੍ਹ ਵਿੱਚ ਉਹਨਾਂ ਦਾ ਗਾਣਾ ਦਰਜ ਹੋ ਚੁੱਕੇ ਨੇ। ਇਸ ਲਈ ਮੈਂ ਬੋਲਣ ਦੇ ਵਿੱਚ ਖਿਚਾਖਿਚ ਨਹੀਂ ਕਰਦਾ ਹੈ, ਕਿਉਂਕਿ ਮਾਨਯੋਗ ਪੰਜਾਬ ਹਰਿਆਣਾ ਹਾਈਕੋਰਟ ਦਾ ਮੈਂ ਸਨਮਾਨ ਕਰਦਾ ਹੈ, ਮਾਨਯੋਗ ਪੰਜਾਬ ਹਰਿਆਣਾ ਹਾਈਕੋਰਟ ਦੇ ਤਹਿਤ ਹੀ ਮੈਂ ਕੰਮ ਕਰਦਾ ਹੈ। ਮਾਨਯੋਗ ਪੰਜਾਬ ਹਰਿਆਣਾ ਦੇ ਵਿੱਚ ਮੈਂ ਉਹਨਾਂ ਦਾ ਗਾਣਾ ਦਰਜ ਹੋਇਆ ਹੈ। ਪਹਿਲਾਂ ਤਾਂ ਇਹ 4 ਬੋਟਲ ਵੋਡਕਾ ਰੋਜ਼ ਮੇਰਾ ਕੰਮ ਕਾ, ਮਿੱਤਰਾਂ ਨੂੰ ਸ਼ੌਕ ਹਥਿਆਰਾਂ ਦਾ, ਅੱਛਾ ਜੀ, ਘਰ ਦੀ ਸ਼ਰਾਬ ਹੋਵੇ, ਅੱਛਾ ਜੀ, ਉਸ ਤੋਂ ਇਲਾਵਾ ਲੱਕ ਕੁੜੀ ਦਾ 28 ਕੁੜੀ ਦਾ। ਇਹ 4 ਗਾਣੇ 5 ਗਾਣੇ ਦਰਜ ਹੋ ਚੁੱਕੇ ਨੇ, ਇਹ ਗਾਇਕ ਤੁਸੀਂ ਸਾਰੇ ਜਾਣਦੇ ਹੋ। ਅੱਛਾ ਅੱਛਾ ਜੀ, ਇਹ ਜਿਹੜੇ ਸਿੰਗਰ ਨੇ ਇਹਨਾਂ ਕਲਾਕਾਰਾਂ ਦੇ ਖਿਲਾਫ਼ ਤੁਸੀਂ ਉਹਨਾਂ ਦੇ ਕਿਸੇ ਕਲਾਕਾਰ ਦਾ ਨਾਂ ਵੀ ਤੁਸੀਂ ਦਰਜ ਕਰਾਇਆ? ਜ਼ਰੂਰ, ਉਹਨਾਂ ਦਾ ਨਾਂ ਸਭ ਨੂੰ ਪਤਾ ਹੈ, ਜੱਜ ਸਾਹਿਬ ਨੂੰ ਵੀ ਪਤਾ ਹੈ ਘਰ ਦੀ ਸ਼ਰਾਬ ਹੋਵੇ ਕੌਣ ਗਾਏ ਨੇ, ਗੁਰਦਾਸ ਸਿੰਘ ਜੋ ਪੰਜਾਬ ਦੇ ਬਹੁਤ ਮਸ਼ਹੂਰ ਗਾਇਕ ਨੇ ਗੁਰਦਾਸ ਸਿੰਘ। ਅੱਛਾ, ਇਹ ਪੰਜਾਬੀ ਦੀ ਕਈ ਵਾਰ ਗੱਲਾਂ ਕਰਦੇ ਨੇ, ਕਿਸੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਹਾਂ, ਸੱਭਿਆਚਾਰ ਦੀ ਗੱਲ ਕਰ ਰਹੇ ਹਾਂ, ਇਹਨਾਂ ਦੇ ਮੂੰਹ ਕਈਆਂ ਦੀ ਸੁਣ ਨਹੀਂ ਭਾਵੇਂ ਮੈਂ ਬਹੁਤ ਸਤਿਕਾਰ ਕਰਦਾ ਹੈ ਗੁਰਦਾਸ ਸਿੰਘ ਸਾਹਿਬ ਘਰ ਦੀ ਸ਼ਰਾਬ ਹੋਵੇ ਗਾਏ ਨੇ ਜੋ ਗਲਤ ਗਾਣਾ ਹੈ, ਇਸ ਤੋਂ ਇਲਾਵਾ ਬਹੁਤ ਵਧੀਆ ਕੰਮ ਬਹੁਤ ਸੇਵਾ ਕੀਤੇ ਨੇ ਪੰਜਾਬੀ ਮਾਂ ਬੋਲੀ ਦੀ, ਮੈਂ ਉਹਨਾਂ ਦਾ ਬਹੁਤ ਸਨਮਾਨ ਕਰਦਾ ਹੈ, ਮੈਂ ਉਹਨਾਂ ਦਾ ਵੱਡਾ ਬਹੁਤ ਵੱਡਾ ਦੁਨੀਆ ਦੇ ਵੱਡਾ ਫੈਨ ਹਾਂ ਮੈਂ। ਕਿਸੇ ਕਿਉਂਕਿ ਮੇਰੇ ਗੁਰਦਾਸ ਸਿੰਘ ਸਾਹਿਬ ਦੇ ਉੱਥੇ ਲੱਗਿਆ ਹੋਇਆ ਦਾਗ ਕਲੰਕ ਨੂੰ ਡੋਲਣ ਲਈ ਮੈਂ ਕੰਮ ਕਰ ਰਿਹਾ, ਉਸਨੂੰ ਸਾਫ਼ ਕਰਨ ਲਈ ਮੈਂ ਕੰਮ ਕਰ ਰਿਹਾ, ਤੋ ਸਭ ਤੋਂ ਵੱਡਾ ਫੈਨ ਕੌਣ ਹੋਇਆ? ਮੈਂ।
ਗੁਰਦਾਸ ਸਿੰਘ ਸਾਹਿਬ ਤੇ ਲੱਗੇ ਹੋਇਆ ਦਾਗ ਨੂੰ ਕਲੰਕ ਨੂੰ ਧੋਣ ਲਈ ਮੈਂ ਕੰਮ ਕਰ ਰਿਹਾ, ਕਿਉਂਕਿ ਕਰ ਦੀ ਸ਼ਰਾਬ ਗਾਇਆ ਉਹ ਜੋ ਗਲਤ ਹੈ। 100 ਸਾਲ ਤੋਂ ਬਾਅਦ ਵੀ ਜੇਕਰ ਮੇਰੇ ਗੁਰਦਾਸ ਸਿੰਘ ਸਾਹਿਬ ਨੂੰ ਕੋਈ ਉਂਗਲੀ ਉਠਾਏ ਕਿ ਇਹ ਗਲਤ ਗਾਇਆ ਕਰ ਦੀ ਸ਼ਰਾਬ ਹੋਵੇ, ਉਸ ਵਕਤ ਮੈਂ ਹੋਰ ਬੋਲ ਸਕਦਾ ਹੈ ਕਿ ਕਰ ਦੀ ਸ਼ਰਾਬ ਗਲਤ ਗਾ ਕੇ ਮਾਫ਼ੀ ਵੀ ਮੰਗੇ ਨੇ। ਬਿਲਕੁਲ ਜੀ, ਭਾਵੇਂ ਅਸੀਂ ਵੀ ਪ੍ਰਚਾਰਕ ਹੋਣ ਦੇ ਨਾਤੇ ਕਲਾਕਾਰਾਂ ਦੇ ਖਿਲਾਫ਼ ਆਵਾਜ਼ ਉਠਾਈ ਦੀ, ਜਿਹੜੇ ਲੱਚਰਤਾ ਫੈਲਾਉਂਦੇ ਨੇ, ਅਸ਼ਲੀਲਤਾ ਸਮਾਜ ਦੇ ਵਿੱਚ ਗੰਦਗੀ ਫੈਲਾਉਂਦੇ ਨੇ, ਪਰੰਤੂ ਜਿਹੜੀ ਗੱਲ ਇਹ ਕਹਿ ਰਹੇ ਨੇ, ਅਸੀਂ ਹੋਰ ਇਹਨਾਂ ਤੋਂ 2 ਕੁ ਸਵਾਲ ਪੁੱਛਣੇ ਚਾਹਾਂਗੇ ਕਿ ਜਿਹੜਾ ਤੁਸੀਂ ਇਹ ਕਦਮ ਉਠਾ ਰਹੇ ਹੋ, ਕਿ ਇਹਦੇ ਨਾਲ ਤੁਹਾਨੂੰ ਕੋਈ ਆਸ ਉਮੀਦ ਹੈ ਕਿ 15 ਤਰੀਕ ਨੂੰ ਮਾਫ਼ੀ ਮੰਗਣਗੇ ਕਲਾਕਾਰ? ਬਿਲਕੁਲ, ਕਿਉਂਕਿ ਮੇਰੇ ਗੁਰਦਾਸ ਸਿੰਘ ਸਾਹਿਬ ਜਿਹੜੇ ਬਹੁਤ ਮਸ਼ਹੂਰ ਕਲਾਕਾਰ ਨੇ, ਪੰਜਾਬ ਦੇ ਮਸ਼ਹੂਰ ਸ਼ਖਸੀਅਤ ਨੇ, ਉਹ ਜ਼ਰੂਰ ਬਾਹਰ ਆ ਕੇ ਮਾਫ਼ੀ ਮੰਗਣਗੇ। ਪੰਜਾਬੀ ਮਾਂ ਬੋਲੀ ਤੋਂ ਮਾਫ਼ੀ ਮੰਗਣ ਤੋਂ ਕਿਸੇ ਨੂੰ ਕੋਈ ਸ਼ਰਮ ਨਹੀਂ ਹੋਣਾ ਚਾਹੀਦਾ, ਕਿਉਂਕਿ ਸਭ ਤੋਂ ਕੋਈ ਵੱਡਾ ਕਲਾਕਾਰ ਨਹੀਂ ਹੁੰਦਾ ਹੈ, ਸਭ ਤੋਂ ਵੱਡਾ ਪੰਜਾਬੀ ਭਾਸ਼ਾ, ਸਭ ਤੋਂ ਵੱਡਾ ਪੰਜਾਬੀ ਸੱਭਿਆਚਾਰ ਹੈ, ਹਮੇਸ਼ਾ ਲਈ ਜਿਉਂਦਾ ਰਹਿਣ ਵਾਲਾ ਸੱਭਿਆਚਾਰ ਭਾਸ਼ਾ। ਅਸੀਂ ਤਾਂ ਇਨਸਾਨ ਮਰ ਮਿਟ ਜਾਣਾ ਹੈ, ਇੱਕ ਦਿਨ ਮਰ ਜਾਣਾ ਹੈ, ਤੁਰ ਕੇ ਜਾਣਾ ਹੈ, ਹਮੇਸ਼ਾ ਲਈ ਜ਼ਿੰਦਾ ਰਹਿਣਾ ਹੈ ਭਾਸ਼ਾ, ਹਮੇਸ਼ਾ ਲਈ ਰਹਿਣਾ ਹੈ ਸੱਭਿਆਚਾਰ। ਇਸ ਨੂੰ ਉੱਚੀ ਪੱਧਰ 'ਤੇ ਰੱਖਣ ਲਈ ਇਹੋ ਜਿਹਾ ਕਲਾਕਾਰ ਬਾਹਰ ਆ ਕੇ ਮਾਫ਼ੀ ਮੰਗਣਗੇ 15 ਤੱਕ, ਜੇ ਨਹੀਂ ਮਾਫ਼ੀ ਮੰਗਦੇ। 18 ਦਸੰਬਰ ਮੇਰਾ ਤਾਰੀਖ ਹੈ ਮਾਨਯੋਗ ਪੰਜਾਬ ਹਰਿਆਣਾ ਹਾਈਕੋਰਟ ਦੇ ਵਿੱਚ, ਮੈਂ ਸਿੱਧ ਕਰਾਂਗਾ ਪੇਸ਼ ਕਰਕੇ ਮਾਨਯੋਗ ਪੰਜਾਬ ਹਰਿਆਣਾ ਦੇ ਹਾਈਕੋਰਟ ਦੇ ਸਾਹਮਣੇ। ਇਹੋ ਜਿਹਾ ਗਾਣੇ ਦੇ ਤਹਿਤ ਹੀ ਹਥਿਆਰ ਚੱਲੇ ਨੇ ਮੋਰੀ ਮੰਡੀ ਦੇ ਵਿੱਚ, ਬਠਿੰਡਾ ਦੇ ਨੇੜੇ, ਜਿੱਥੇ ਕੁਲਵਿੰਦਰ ਕੌਰ ਦੀ ਮੌਤ ਹੋਈ ਗੋਲੀ ਲੱਗ ਕੇ। ਕਾਰਨ ਕੌਣ? ਹਥਿਆਰੇ ਗਾਣੇ। ਮੈਂ ਸਿੱਧ ਕਰਾਂਗਾ, ਉਹ ਪ੍ਰੂਵ ਕਰਾਂਗਾ, ਕਿਉਂਕਿ ਹਥਿਆਰਾਂ ਨੂੰ ਮਿੱਤਰਾਂ ਨੂੰ ਸ਼ੌਕ ਹਥਿਆਰਾਂ ਦਾ ਗਾਓਗੇ, ਮਿੱਤਰਾਂ ਨੂੰ ਸ਼ੌਕ ਹਥਿਆਰਾਂ ਦਾ ਗਾਣਾ ਹਥਿਆਰਾਂ ਵਰਤੋਂ ਕਰਨ ਦੀ ਪ੍ਰੋਤਸਾਹਿਤ ਕਰਦਾ ਹੈ, ਉਹ ਅਪਰਾਧ ਹੈ, ਜੇਲ੍ਹ ਜਾਣਗੇ। ਇਸ ਤੋਂ ਇਲਾਵਾ ਫਰੀਦਕੋਟ ਦੇ ਨੇੜੇ ਕੋਟਕਪੁਰ ਦੇ ਵਿੱਚ ਇੱਕ 8 ਸਾਲ ਦਾ ਬੱਚੇ ਦਾ ਮੌਤ ਹੋਈ ਗੋਲੀ ਲੱਗ ਕੇ। ਕਾਰਨ ਕੌਣ ਹੈ? ਪਿੱਛੇ ਗਾਣਾ ਚੱਲ ਰਿਹਾ ਲੱਚਰ ਗਾਣੇ ਜ਼ੋਰ ਸ਼ੋਰ ਨਾਲ, ਇਹ ਗਾਇਕ ਨੂੰ ਸਮਝਣ ਦੀ ਲੋੜ ਹੈ। 15 ਦਸੰਬਰ ਤੋਂ ਪਹਿਲੇ ਬਾਹਰ ਆ ਕੇ ਪੰਜਾਬੀ ਮਾਂ ਬੋਲੀ ਤੋਂ, ਪੰਜਾਬੀ ਮਾਂ ਬੋਲੀ ਤੋਂ ਮਾਫ਼ੀ ਮੰਗਣ ਲਈ ਕਹਿ ਰਿਹਾ ਹੈ। ਪੜ੍ਹੋ ਇਸਨੂੰ, ਪੰਜਾਬੀ ਮਾਂ ਬੋਲੀ ਤੋਂ ਮਾਫ਼ੀ ਮੰਗੋ, ਕਿਸੇ ਇਨਸਾਨ ਤੋਂ ਨਹੀਂ, ਪੰਜਾਬੀ ਮਾਲੀ ਸਭ ਤੋਂ ਉੱਪਰ ਹੈ, ਉਸ ਤੋਂ ਮਾਫ਼ੀ ਮੰਗਣਾ ਹੈ। ਉਸ ਤੋਂ ਮਾਫ਼ੀ ਮੰਗਣ ਲਈ ਤਾਂ ਮੈਂ ਵੀ 1000 ਵਾਰ ਤਿਆਰ ਹਾਂ, ਕਿਸੇ ਨੂੰ ਵੀ 1000 ਵਾਰ ਮਾਫ਼ੀ ਮੰਗੋ, ਮਾਂ ਬੋਲੀ ਤਾਂ ਸਭ ਤੋਂ ਉੱਪਰ ਹੈ, ਅਤੇ ਇਹ ਕਲਾਕਾਰ ਜ਼ਰੂਰ ਆਸ ਹੈ ਉਹ ਮਾਫ਼ੀ ਮੰਗਣਗੇ। ਅੱਛਾ, ਤੁਸੀਂ ਇਕੱਲੇ ਕਲਾਕਾਰਾਂ ਦੇ ਖਿਲਾਫ਼ ਹੀ ਆਵਾਜ਼ ਉਠਾ ਰਹੇ ਹੋ ਕਿ ਜਿਹੜੇ ਲਿਖਦੇ ਨੇ ਉਹਨਾਂ ਨੂੰ ਪ੍ਰੋਡਿਊਸ ਕਰਦੇ ਨੇ ਮਿਊਜ਼ਿਕ ਇੰਡਸਟਰੀ ਦੇ ਵਿੱਚ, ਜਿਹਦਾ ਜਿਹਦਾ ਵੀ ਯੋਗਦਾਨ ਹੈ? ਜੀ ਬਿਲਕੁਲ, ਤੁਸੀਂ ਸਵਾਲ ਵਧੀਆ ਪੁੱਛਿਆ, ਬਹੁਤ ਧੰਨਵਾਦ ਤੁਹਾਡਾ। ਮੈਂ ਨਾ ਸਿਰਫ ਗਾਇਕ ਨੂੰ ਨੋਟਿਸ ਕੱਢਿਆ, ਲੀਗਲ ਨੋਟਿਸ ਕੱਢਿਆ ਉਹਨਾਂ ਦੇ, ਬਲਕਿ ਆਡੀਓ ਵੀਡੀਓ ਰਿਕਾਰਡਿੰਗ ਕੰਪਨੀ ਮਾਲਿਕ ਨੂੰ ਵੀ, ਚੈਨਲ ਜਿਹੜੇ ਗਾਣਾ ਚਲਾਉਂਦੇ ਨੇ, ਬਹੁਤ ਸਾਰੇ ਚੈਨਲ ਨੇ ਗਾਣਾ ਹਰ ਰੋਜ਼ ਚਲਾਉਂਦੇ ਨੇ, ਉਹਨਾਂ ਦੇ ਖਿਲਾਫ਼ ਨੋਟਿਸ ਕੱਢਿਆ ਗਿਆ। ਉਸ ਤੋਂ ਇਲਾਵਾ DJ ਪੰਜਾਬ ਦੇ ਵਿੱਚ ਜਿੰਨੇ ਵੀ DJ ਨੇ, ਜੇਕਰ ਉਹ ਲੱਚਰ ਗਾਣਾ ਵਜਾਉਂਦੇ ਨੇ, ਹਥਿਆਰਾ ਗਾਣਾ, ਉਹਨਾਂ ਦੇ ਖਿਲਾਫ਼ ਵੀ ਨੋਟਿਸ ਕੱਢਿਆ ਗਿਆ। ਉਸ ਤੋਂ ਇਲਾਵਾ ਮੈਰਿਜ ਪੈਲੇਸ ਜਿੱਥੇ ਗਾਣਾ ਵੱਜਦੇ ਨੇ, ਮੈਰਿਜ ਪੈਲੇਸ ਦੇ ਖਿਲਾਫ਼ ਵੀ ਨੋਟਿਸ ਕੱਢਿਆ ਗਿਆ। ਉਸ ਤੋਂ ਇਲਾਵਾ ਜਿਹੜੇ ਗਾਇਕ ਨੇ, ਜੋ ਗਾਇਨਾ ਲਿਖਦੇ ਨੇ, ਲੇਖਕ ਸਭਾ ਦਾ ਨੇ, ਹੁਣ ਮੇਰਾ ਗੱਲਬਾਤ ਹੋਇਆ ਹੈ ਪੰਜਾਬ ਲੇਖਕ ਬਹੁਤ ਵੱਡਾ ਪੱਧਰ 'ਤੇ, ਉਹ ਵੀ ਸਾਰੇ ਲੇਖਕ ਨੂੰ ਬੇਨਤੀ ਕੀਤਾ ਜਾਂਦਾ, ਲੇਖਕ ਨੂੰ ਨੋਟਿਸ ਨਹੀਂ ਕੱਢਿਆ ਜਾਂਦਾ, ਉਹਨਾਂ ਨੂੰ ਬੇਨਤੀ ਕੀਤਾ ਜਾਵੇਗਾ ਕਿ ਤੁਸੀਂ ਗਲਤ ਨਹੀਂ ਗਲਤ ਲਿਖੋਗੇ ਤਾਂ ਕੋਰਟ ਕੇਸ ਹੋਏਗੀ। ਇਸ ਤੋਂ ਇਲਾਵਾ ਸਰ ਇੱਕ ਉਦਾਹਰਣ ਤੁਹਾਨੂੰ ਦੇ ਦੇਣਾ, ਮਾਨਯੋਗ ਸੁਰੇਸ਼ ਅਰੋੜਾ IPS DGP ਪੰਜਾਬ, ਉਹਨਾਂ ਨੇ ਕੁਝ ਦਿਨ ਤੋਂ ਪਹਿਲਾਂ ਹੀ ਨੋਟਿਸ ਕੱਢਿਆ ਹੈ ਕਿ ਪੰਜਾਬ ਦੇ ਜਿੱਥੇ ਵੀ ਪੰਜਾਬੀ ਪੈਲੇਸ ਦੇ ਵਿੱਚ ਮੈਰਿਜ ਦੇ ਵਿੱਚ ਜੇਕਰ ਇੱਕ ਵੀ ਫਾਇਰਿੰਗ ਹੁੰਦਾ ਹੈ ਸ਼ਾਦੀ ਦੇ ਵਿੱਚ, ਲੋਕਲ SP DSP ਜ਼ਿੰਮੇਦਾਰ ਹੋਣਗੇ, ਮਤਲਬ ਹਥਿਆਰਾਂ ਜਾ ਕੇ ਤੁਸੀਂ ਸ਼ਾਦੀ ਦੇ ਵਿੱਚ ਨਹੀਂ ਜਾ ਸਕਦੇ। ਠੀਕ ਹੈ, ਮੈਂ ਸੁਰੇਸ਼ ਅਰੋੜਾ ਸਾਹਿਬ ਨੂੰ ਖਤ ਲਿਖਿਆ, ਜਲਦ ਮਿਲਾਂਗਾ ਉਹਨਾਂ ਨੂੰ, DGP ਸਾਹਿਬ ਨੂੰ, ਮੈਂ ਇਹ ਬੇਨਤੀ ਕਰਾਂਗਾ ਉੱਥੇ ਕਿ ਜੇਕਰ ਤੁਸੀਂ ਸ਼ਾਦੀ ਦੇ ਵਿੱਚ ਹਥਿਆਰਾਂ ਨੂੰ ਮਨਾ ਕਰ ਸਕਦੇ, ਹਥਿਆਰੇ ਗਾਣਾ ਵਜਾ ਨੂੰ ਵੀ ਮਨਾ ਕਰ ਦਿਓ। ਬਿਲਕੁਲ ਜੀ, ਇੱਕ ਤੁਹਾਡੇ ਤੋਂ ਇੱਥੇ ਹੋਰ ਸਵਾਲ, ਥੋੜ੍ਹੇ ਸਮੇਂ ਦੇ ਵਿੱਚ ਤੁਹਾਡੇ ਤੋਂ ਹੋਰ ਸਵਾਲ ਪੁੱਛਣੇ ਚਾਹਾਂਗੇ ਕਿ ਜਿਹੜੇ ਪੰਜਾਬ ਦੇ ਵਿੱਚ ਪ੍ਰਚਾਰਕ ਨੇ ਸਿੱਖੀ ਦਾ ਪ੍ਰਚਾਰ ਕਰਦੇ ਨੇ, ਕਿਉਂਕਿ ਸਭ ਤੋਂ ਵੱਧ ਗੱਲ ਸਿੱਖੀ ਦੇ ਵਿੱਚ ਪੰਜਾਬੀ ਦੀ ਹੁੰਦੀ ਹੈ, ਅਤੇ ਜਿਹੜੀ ਸ਼੍ਰੋਮਣੀ ਕਮੇਟੀ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ, ਕੀ ਉਹ ਪੰਜਾਬੀ ਦੇ ਲਈ ਕੋਈ ਉਪਰਾਲਾ ਕਰ ਰਹੀ ਹੈ ਜਾਂ ਤੁਸੀਂ ਉਹਨਾਂ ਨਾਲ ਤੁਹਾਡੀ ਗੱਲਬਾਤ ਹੋਈ? ਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਹੁਤ ਵੱਡੇ ਪੱਧਰ 'ਤੇ ਕੰਮ ਕਰਦੇ ਨੇ, ਉਹਨਾਂ ਦਾ ਮੈਂ ਸਨਮਾਨ ਕਰਦਾ ਹੈ, ਉਹ ਸੰਸਥਾ ਹੈ, ਬਹੁਤ ਪੁਰਾਣਾ ਸੰਸਥਾ, 100 ਸਾਲ ਦੀ ਉਹਨਾਂ ਦੀ ਇਤਿਹਾਸ ਹੈ, ਵੱਡੀ ਪੱਧਰ 'ਤੇ ਉਹ ਕੰਮ ਕਰ ਰਹੇ ਨੇ, ਮੈਂ ਉਹਨਾਂ ਦਾ ਸਨਮਾਨ ਕਰਦਾ ਹੈ। ਉਹ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਨਹੀਂ ਕੰਮ ਕਰਦੇ ਨੇ, ਮੈਨੂੰ ਲੱਗਦਾ ਉਹ ਵੀ ਅੱਗੇ ਆ ਕੇ ਇਹੋ ਜਿਹਾ ਲੱਚਰ ਹਥਿਆਰੀ ਸ਼ਰਾਬੀ ਗਾਣਾ ਦੇ ਖਿਲਾਫ਼ ਉਹ ਜ਼ਰੂਰ ਬਿਆਨ ਜਾਰੀ ਕਰਨਗੇ, ਉਹ ਵੀ ਰੁੱਤ
बहुत सख्त करेंगे। मैं लगता है सारे रल मिल के कम करने की लड़ है इस पंजाबी भाषा पंजाबी सभ्याचार को उच्ची पद्धर से रखने लिए। तो तुम्हें जो बस स्टैंड रोडों के उपर जो बोर्ड फड़ के तुम घूमते हो कि समा हो गया तो पिछले 19 तारीख तो मैं शुरू किया जी जिर पटियाला तो 19 तारीख पटियाला 20 तारीख जीरकपुर 21 तारीख साहबजादा अजीत सिंह नगर 22 तारीख फतेहगढ़ साहब श्री फतेहगढ़ साहब उस तो बाद श्री आनंदपुर साहब उस तो बाद श्री अमृतसर साहब दरबार साहब उस तो बाद संगरूर पहुँचाया जी। अच्छा तो तुम 19 तारीख तो काम किया कि इन संस्थावान के वालों जिन्हों का मैं जिक्र किया कोई इन्होंने वालों कोई मिले हुंगारा ज कोई गलबात हुई इन्होंने कोई संस्था बहुत सारे संस्था आगे आ रहे हैं वो हर उन पद्धर से वो कम कर रहे हैं। हर शहर के बच्चे एक लहर शुरू होएगी लोग एकजुट होंगे खास तौर से पंजाबी औरत जागेगी जागो आई जागो आके सबनों जगाने वाली पंजाबी औरत एक दिन जरूर जागेगी। जिस दिन पंजाबी औरत जागेगी यहोजा यहोजा हथियारी लच्चर गाने शराबी गाने गाने वाले गायक की पतन होएगी। अच्छा तो जिहड़े पंजाब दे विच प्रचारक ने प्रीचर ने जो उन्होंने बारे तुम कि बोलते हैं कि नहीं जहाँ किसी प्रीचर ने अज तक साथ दिता है कि नहीं दिता जी जी बहुत सारे प्रीचर मैंने फोन करते हैं उन्होंने सत्कार करता मैं ओ, क्योंकि वह गुरुवाणी की प्रचार करता है पवित्र पंजाबी भाषा का प्रचार करता है उन्होंने सम्मान मैं करता है तो हरेक प्रचार मैं सम्मान करता है इसलिए उन्होंने हाथ जोड़ के बेनती भी करता मैं प्रचारक प्रचारक का बहुत व्डे पद्धर से योगदान हों वो वध तो वध प्रचार करिए पंजाबी भाषा को उच्ची पद्धर से रखने लिए पंजाबी सभ्याचार उच्ची पद्धर से रखने लिए। अच्छा जी बहुत बहुत थोड़ा इस कौमी सोच चैनल के राही लोगों के तक अपना सुनेहा पहुँचाने का बहुत बहुत मैं हरमन सिंह आनंदपुर थोड़ा धन्यवाद करता हाँ। अखीर के उपर दो कुछ शब्द तुसी पंजाब के लोगों बारे की कहना चाहोगे जी? मैं तो सिर्फ एको एक सुनाहा देवगा मेरा बाबा नानक आखते ने कूड़ राजा कूड़ प्रजा कूड़ सब संसार इस दुनिया के सब कुछ असत्य है सत्य है तो एको एक परमात्मा है वही सच है उस परमात्मा तक ले जाने वाला है भाषा उस परमात्मा तक ले जाने वाले इस पवित्र पंजाबी भाषा को उच्ची पद्धर से रखने लिए सानू काम करने की लोड़ है ताकि उस परमात्मा की उत्सत होवे। वेखो जी हुण साडे नाल गलबात कीती पंजाब तो बाहर जन्म लैके पंजाब दे विच आ के पंजाबी भाषा दे लई काम करन वाले पंडित राव तरेनवर जी ने असी तह दिल तो दिल दीआं गहराइयां तो इन्हां दा धन्नवाद करदे हां। आने वाले समय दे विच होर भी जे कोई कारवाई करनगे जो भी असी तुहाडे सामने लैके आवांगे उस समय तक लई मैनू हरमन सिंह आनंदपुर दियो इजाजत। वाहिगुरू जी का खालसा वाहिगुरू जी की फतेह।